ਕੁਝ ਸਮਾਂ ਪਹਿਲਾਂ ਪੰਜਾਬੀ 뮤זיਕ ਇੰਡਸਟਰੀ 'ਚ ਹਨੀ ਸਿੰਘ ਨਾਮ ਦੀ ਇੱਕ ਅਜਿਹੀ ਹਨੇਰੀ ਆਈ ਕਿ ਜਿਸ ਨੇ ਪੰਜਾਬੀ 뮤זיਕ ਦਾ ਰੁਖ ਹੀ ਬਦਲ ਕੇ ਰੱਖ ਦਿੱਤਾ ਸੀ। ਕੁਝ ਹੀ ਸਮੇਂ ਦੇ ਵਿੱਚ ਹਨੀ ਸਿੰਘ ਦੀ ਪ੍ਰਸਿੱਧੀ ਸਿਖਰਾਂ ਨੂੰ ਛੂ ਰਹੀ ਸੀ। ਹਨੀ ਸਿੰਘ ਬਹੁਤ ਜਲਦੀ ਜਲਦੀ ਦੇ ਨਾਲ ਅੱਗੇ ਵਧ ਰਿਹਾ ਸੀ ਤੇ ਇੱਕ ਤੋਂ ਬਾਅਦ ਇੱਕ ਹਿੱਟ ਟਰੈਕ ਦੇ ਰਿਹਾ ਸੀ। ਉਸ ਦੀ ਕੋਈ ਵੀ ਐਲਬਮ ਫਲॉप ਨਹੀਂ ਸੀ ਜਾ ਰਹੀ। ਉਸ ਸਮੇਂ ਹਰੇਕ ਹੀ ਬੱਚੇ-ਬੱਚੇ ਦੀ ਜ਼ੁਬਾਨ ਤੇ ਉੱਪਰ ਇੱਕੋ ਹੀ ਨਾਮ ਹੁੰਦਾ ਸੀ ਜਿਉ ਜੋ ਹਨੀ ਸਿੰਘ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਲ-ਨਾਲ ਉਸ ਦੀ ਬਾਲੀਵੁੱਡ ਐਂਟਰੀ ਵੀ ਬਹੁਤ ਜ਼ਬਰਦਸਤ ਰਹੀ ਹਰੇਕ ਵੱਡੇ ਆਰਟਿਸਟ ਦੇ ਨਾਲ ਉਸ ਨੇ ਕੰਮ ਕੀਤਾ ਤੇ ਇੱਕ ਤੋਂ ਬਾਅਦ ਇੱਕ ਹਿੱਟ ਟਰੈਕ ਦਿੱਤੇ ਇੱਕ ਸਮਾਂ ਐਸਾ ਵੀ ਆਇਆ ਹਨੀ ਸਿੰਘ ਖੁੱਲ ਕੇ মিডিਆ ਦੇ ਵਿੱਚ ਗੱਲਬਾਤ ਕਰਨ ਲੱਗ ਪਿਆ ਸੀ ਕਿ ਜੇਕਰ ਮੈਂ ਖਾਲੀ ਸੀਡੀ ਵੀ ਕੱਢਾਂ ਤਾਂ ਵੀ ਉਹ ਵਿਕੇਗੀ ਉਹ ਚੱਲੇਗੀ ਹਨੀ ਸਿੰਘ ਦਾ ਨਾਮ ਹੀ ਵਿਕੇਗਾ ਅਜੀਹਾ ਹੰਕਾਰ ਜਾਂ ਅਜੀਹਾ ਰਤਬਾ ਕਿਸੇ ਕਿਸੇ ਆਰਟਿਸਟ ਨੂੰ ਹੀ ਮਿਲਦਾ ਹੈ ਉਸ ਤੋਂ ਬਾਅਦ ਸ਼ੁਰੂ ਹੁੰਦਾ ਹੈ ਹਨੀ ਸਿੰਘ ਦਾ ਡਾਊਨਫਾਲ ਹਰੇਕ ਤਰੀਕੇ ਦੇ ਨਸ਼ੇ ਦੇ ਨਾਲ ਲੱਦਿਆ ਹਨੀ ਸਿੰਘ ਹਰੇਕ ਸਟੇਜ ਦੇ ਉੱਪਰ ਕੋਈ ਨਾ ਕੋਈ ਸੀਨ ਕ੍ਰੀਏਟ ਕਰਦਾ ਹੈ ਜਿਸ ਦੇ ਵਿਵਾਦ ਇੱਕ ਤੋਂ ਬਾਅਦ ਇੱਕ ਵਧਦੇ ਹੀ ਗਏ ਹਨੀ ਸਿੰਘ ਦੇ ਵਿਵਾਦ ਇੰਨੇ ਕਿ ਜ਼ਿਆਦਾ ਵਧ ਗਏ ਕਿ ਉਹ ਡਿਪਰੈਸ਼ਨ ਦੇ ਵਿੱਚ ਚਲਾ ਗਿਆ ਰੈਗੂਲਰ ਉਹ ਸੁੱਕੇ ਨਸ਼ੇ ਗਿੱਲੇ ਨਸ਼ੇ ਸਾਰੇ ਕਰਨ ਲੱਗ ਪਿਆ ਜਿਸ ਦੇ ਨਾਲ ਉਸ ਦਾ ਮਿਊਜ਼ਿਕ ਤੇ ਨਾਲ ਨਾਤਾ ਵੀ ਟੁੱਟ ਗਿਆ ਉਸ ਦੇ ਗੀਤ ਵੀ ਫਲॉप ਜਾਣ ਲੱਗੇ ਤੇ ਉਸ ਨੂੰ ਕੰਮ ਮਿਲਣਾ ਵੀ ਲਗਭਗ ਬੰਦ ਹੋ ਗਿਆ 3-4 ਸਾਲ ਹਨੀ ਸਿੰਘ ਇੰਡਸਟਰੀ ਤੋਂ ਗਾਇਬ ਰਹੇ ਆਪਣੇ ਆਪ ਨੂੰ ਠੀਕ ਕੀਤਾ ਤੇ ਹੁਣ ਕਾਫੀ ਦੇਰ ਤੋਂ ਹਨੀ ਸਿੰਘ ਬਾਰ-ਬਾਰ ਵਾਪਸੀ ਕਰਨ ਦੀ ਕੋਸ਼ਿਸ਼ ਕਰਨ ਦੇ ਵਿੱਚ ਲੱਗੇ ਹੋਏ ਹਨ ਜਿੰਨੇ ਵੀ ਹਨੀ ਸਿੰਘ ਦੇ ਵਿਰੋਧੀ ਸਨ ਉਸ ਸਮੇਂ ਉਹ ਅੱਜਕੱਲ ਸਿਖਰਾਂ ਦੇ ਉੱਪਰ ਨੇ ਪਰ ਹਨੀ ਸਿੰਘ ਕਿਤੇ ਨਾ ਕਿਤੇ ਆਪਣੀ ਉਸ ਪੋਜੀਸ਼ਨ ਨੂੰ ਵਾਪਸ ਪਾਉਣ ਦੇ ਲਈ ਅੱਜਕੱਲ ਵੀ ਸਟਰਗਲ ਕਰ ਰਿਹਾ ਹੈ ਪਰ ਹਨੀ ਸਿੰਘ ਦੀ ਉਸ ਸਮੇਂ ਦੀ ਬਣਾਈ ਹੋਈ ਫੈਨ ਫਾਲੋਇੰਗ ਅੱਜ ਵੀ ਉਹਦੇ ਨਾਲ ਖੜੀ ਹੈ ਜੋ ਉਸ ਨੂੰ ਇਹਨਾਂ ਸਟਾਰਸ ਤੋਂ ਉੱਪਰ ਮੰਦੀ ਹੈ ਅੱਜ ਵੀ ਉਹ ਵੇਟ ਕਰਦੇ ਨੇ ਕਿ ਹਨੀ ਸਿੰਘ ਦਾ ਕੋਈ ਨਾ ਕੋਈ ਅਜਿਹਾ ਗੀਤ ਆਵੇ ਜਿਸ ਦੀ ਵਾਈਬ ਉਹਦੇ ਪਹਿਲੇ ਗੀਤਾਂ ਦੇ ਨਾਲ ਮੈਚ ਕਰੇ ਤੇ ਹਨੀ ਸਿੰਘ ਅੱਜ ਵੀ ਰੈਪ ਦਾ ਰਾਜਾ ਬਣ ਜਾਵੇਗਾ ਹੰਤਾ ਹਨੀ ਸਿੰਘ ਨੂੰ ਉਸ ਦੇ ਸਾਥੀ ਰੈਪਰ ਵੀ ਗੱਲਾਂ-ਗੱਲਾਂ ਦੇ ਵਿੱਚ ਤਾਨੇ ਵੀ ਮਾਰਨ ਲੱਗ ਪਏ ਨੇ। ਕੁਝ ਸਮੇਂ ਪਹਿਲਾਂ ਬਾਦਸ਼ਾ ਨੇ ਵੀ ਇੱਕ ਟਰੈਕ ਦੇ ਵਿੱਚ ਉਸ ਨੂੰ ਡਿਚ ਕੀਤਾ ਸੀ। ਪਰ ਹਨੀ ਸਿੰਘ ਵੀ ਹੁਣ ਜ਼ਬਰਦਸਤ ਵਾਪਸੀ ਦੇ ਲਈ ਤਿਆਰ ਹੈ ਜਿੱਥੇ ਉਸ ਦਾ ਇੱਕ ਕਲਾ ਸਟਾਰ ਗੀਤ ਤਿਆਰ ਬਰ ਤਿਆਰ ਹੈ। ਉੱਥੇ ਹੀ ਉਸ ਨੇ ਇੰਟਰਨੈਸ਼ਨਲ ਵਿਲੇਜਰਸ 2 ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ। ਇੰਟਰਨੈਸ਼ਨਲ ਵਿਲੇਜਰ ਉਸ ਦੀ ਸਭ ਤੋਂ ਵੱਡੀ ਐਲਬਮ ਸੀ ਜਿਸ ਦਾ ਹੁਣ ਪਾਰਟ 2 ਬਣੇਗਾ। ਇਨ੍ਹਾਂ ਦੋ ਪ੍ਰੋਜੈਕਟਸ ਦੀ ਸਾਰੇ ਫੈਨਸ ਅਤੇ ਹਨੀ ਸਿੰਘ ਨੂੰ ਵੀ ਬਹੁਤ ਬੇਸਬਰੀ ਦੇ ਨਾਲ ਇੰਤਜ਼ਾਰ ਹੈ ਦੇਖਦੇ ਹਾਂ ਹੁਣ ਹਨੀ ਸਿੰਘ ਵਾਪਸੀ ਕਰ ਪਾਉਂਦੇ ਹਨ ਕਿ ਨਹੀਂ ਤੁਹਾਡੀ ਕੀ ਰਾਏ ਹੈ ਹਨੀ ਸਿੰਘ ਦੇ ਇਸ ਪ੍ਰੋਜੈਕਟਸ ਦੇ ਬਾਰੇ ਤੇ ਜੇਕਰ ਤੁਸੀਂ ਹਨੀ ਸਿੰਘ ਦੇ ਫੈਨਸ ਹੋ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਧੰਨਵਾਦ